ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਅੱਜ ਆਪਣਾ ਨੋਮੀਨੇਸ਼ਨ ਭਰ ਕੇ ਰੋਡ ਸ਼ੋਅ ਕਰਦੇ ਹੋਏ ਨਜ਼ਰ ਆ ਰਹੇ ਨੇ। ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਵੱਡਾ ਇਕੱਠ ਜਿਹੜਾ ਹੈਗਾ ਨਜ਼ਰ ਆ ਰਿਹਾ। ਸਾਡੇ ਯੂਥ ਤੋਂ ਜਿਹੜੇ ਹੈਗੇ ਨੇ ਉਹ ਗੱਲਬਾਤ ਕਰ ਲੈਂਦੇ ਆ। ਵਧੀਆ ਜੇ ਨੋਮੀਨੇਸ਼ਨ ਭਰੀ ਗਈ ਹੈ। ਦੇਖੋ ਅੱਜ ਪਟਿਆਲੇ ਸ਼ਹਿਰ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਜੀ, ਜਮੰਤ ਸ਼ਰਮਾ ਜੀ, ਸੁਨੀਲ ਜਾਖੜ ਜੀ ਵੱਲੋਂ ਜਿਹੜਾ ਨੋਮੀਨੇਸ਼ਨ ਭਰਿਆ ਗਿਆ, ਅੱਜ ਠਾਠਾ ਮਾਰਦਾ ਇਕੱਠ ਜਿਹੜਾ ਤੁਸੀਂ ਇੰਨੇ ਸਮੇਂ ਤੋਂ ਦੇਖ ਰਹੇ ਹੋ ਤੁਰਦਾ ਰਿਹਾ, ਇਹ ਆਪਣੇ ਆਪ ਚ ਗਵਾਹੀ ਹੈ ਕਿ ਅੱਜ ਸ਼ਹਿਰ ਨੇ, ਪਟਿਆਲਾ ਨੇ ਮਨ ਬਣਾ ਲਿਆ ਕਿ ਪਟਿਆਲੇ ਚ ਜੇ ਪਟਿਆਲੇ ਚ ਕਿਸੇ ਦਾ ਵਿਸ਼ਵਾਸ ਹੈ ਤਾਂ ਉਹ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਹੈ। ਪਟਿਆਲੇ ਦਾ ਜੇ ਕਿਸੇ ਦਾ ਭਰੋਸਾ ਉਹ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਹੈ, ਤਾਂ ਪਟਿਆਲੇ ਦੇ ਲੋਕ ਪਹਿਲੀ ਵਾਰ ਨਾਲੋਂ ਵੱਧ ਰਿਕਾਰਡ ਤੋੜ ਲੀਡ ਤੇ ਇਸ ਵਾਰ ਜਿਹੜਾ ਮਹਾਰਾਣੀ ਸਾਹਿਬ ਨੂੰ ਜਿਤਾ ਕੇ ਸੈਂਟਰ ਚ ਭੇਜਣਗੇ, ਔਰ ਪਰਮਾਤਮਾ ਸੁੱਖ ਰੱਖੇ ਤਾਂ ਸੈਂਟਰ ਚ ਜਾ ਕੇ ਮਹਾਰਾਣੀ ਸਾਹਿਬ ਨਾਲ ਆਪਣਾ ਬਜਾਰਤ ਹੈ। ਕਿਸਾਨਾਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ, ਲਗਾਤਾਰ ਪਿੰਡਾਂ ਦੇ ਵਿੱਚ ਲਗਾਤਾਰ ਵਿਰੋਧ ਹੋ ਰਿਹਾ। ਮੈਂ ਤੁਹਾਨੂੰ ਇਹ ਜਾਣਕਾਰੀ ਦੇਣਾ, ਉਹ ਕੋਈ ਕਿਸਾਨ ਨਹੀਂ ਨੇ ਜਿਹੜੇ ਵਿਰੋਧ ਕਰ ਰਹੇ ਹੈ, ਉਹ ਦੂਜੇ ਸਿਆਸੀ ਪਾਰਟੀਆਂ ਦੇ ਆਗੂ ਨੇ ਜਿਹੜੇ ਕਿਸੇ ਇੱਕ ਬੰਦੇ ਨੂੰ ਫਾਇਦਾ ਪਹੁੰਚਾਉਣ ਵਿੱਚ ਸਾਡਾ ਵਿਰੋਧ ਕਰ ਰਿਹਾ। ਅਸਲ ਕਿਸਾਨ ਉਹ ਹੈ ਜਿਹੜਾ ਆਪਣੇ ਖੇਤਾਂ 'ਚ ਹੈ, ਔਰ ਉਹ ਬਿਲਕੁਲ ਉਹਨੇ ਮਨ ਬਣਾ ਲਿਆ ਕਿ ਉਹ ਮਹਾਰਾਣੀ ਪ੍ਰਨੀਤ ਕੌਰ ਜੀ, ਨਰਿੰਦਰ ਮੋਦੀ ਜੀ ਦੇ ਹੱਕ ਵਿੱਚ ਵੋਟ ਪਾਏਗਾ। ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੇ ਪ੍ਰਨੀਤ ਕੌਰ ਜੀ ਇੱਥੇ ਇਲੈਕਸ਼ਨ ਲੜ ਰਹੇ, ਕਿਉਂਕਿ ਜਿਹੜੇ ਕਾਂਗਰਸ ਹੈ, ਕਾਂਗਰਸ ਵਾਰ ਵਾਰ ਕਹਿ ਰਹੀ ਹੈ ਕਿ ਕੋਈ ਵੀ ਕੰਮ ਨਹੀਂ ਕਰਾਇਆ ਗਿਆ ਇਹਨਾਂ ਨੇ। ਕਾਂਗਰਸ ਕੋਲ ਸਵਾਏ ਦੋਸ਼ ਲਾਉਣ ਤੋਂ ਕੁਝ ਨਹੀਂ ਸਾਡੇ ਕੋਲ, ਸਾਡਾ ਤੁਸੀਂ ਪੈਂਪਲੇਟ ਦੇਖੋ, ਸਾਡੇ ਕੋਲ ਸੈਂਕੜੇ ਸੈਂਕੜੇ ਕੰਮ ਜੇ ਅਸੀਂ ਗਣਾਉਣ ਤੇ ਆ ਜਾਈਏ, ਕਿਹੜੀ ਜਗ੍ਹਾ ਆਪਾਂ ਖੜੇ ਹਾਂ, ਇਹ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਹਰ ਕੋਨੇ ਤੱਕ ਸਾਡੀ ਜਿਹੜੀ ਵਿਕਾਸ ਦੀ ਗੂੰਜ ਹੈ ਉਹ ਪਟਿਆਲਾ ਸ਼ਹਿਰ, ਪਟਿਆਲਾ ਲੋਕ ਸਭਾ ਤੱਕ ਗੂੰਜਦੀ ਹੈ। ਅਸੀਂ ਕੰਮ ਗਣਾਉਣ ਆ ਜਾਈਏ ਤੇ ਮੈਨੂੰ ਨਹੀਂ ਲੱਗਦਾ ਮੈਂ ਤੁਹਾਡੀ ਬਾਈਟ ਤੇ ਘੱਟੋ ਘੱਟ ਘੱਟਾ ਤੁਹਾਨੂੰ ਮੈਂ ਮਤਲਬ ਐਡੇ ਕੰਮ ਸਾਡੇ ਮਹਾਰਾਣੀ ਪ੍ਰਨੀਤ ਕੌਰ ਜੀ ਦੇ, ਕੈਪਟਨ ਅਮਰਿੰਦਰ ਸਿੰਘ ਜੀ ਦੇ, ਔਰ ਵੱਖ ਵੱਖ ਸਕੀਮਾਂ ਦੇ ਤਹਿਤ ਸ਼ਹਿਰ ਦੇ ਪਟਿਆਲਾ ਵਾਸਤੇ। ਵਿਰੋਧੀ ਕਹਿ ਰਹੇ ਕੈਪਟਨ ਅਮਰਿੰਦਰ ਸਿੰਘ ਜੀ ਪਹੁੰਚੇ, ਉਹਨਾਂ ਦੀ ਪਤਲੀ ਦੇਖੋ ਉਹ ਇੰਨਾ ਨੀਚੇ ਗਿਰ ਚੁੱਕਿਆ ਕਿ ਚਾਹੇ ਕਿਸੇ ਦੀ ਸਿਹਤ ਖਰਾਬ ਹੋਵੇ, ਚਾਹੇ ਕੋਈ ਹੋਰ ਕਾਰਨ ਹੋਵੇ, ਉਹਨਾਂ ਨੇ ਛੀਟਾ ਕਸ਼ੀ ਕਰਨੀ ਹੁੰਦੀ ਹੈ। ਅੱਜ ਜਿਹੜੇ ਲੋਕ ਹਰ 5 ਸਾਲ ਬਾਅਦ ਦਲ ਬਦਲੀਆਂ ਕਰਕੇ ਦੂਜੀ ਪਾਰਟੀ ਵੜਦੇ ਨੇ, ਉਹ ਸਾਨੂੰ ਕੀ ਕਹਿਣਗੇ, ਪਟਿਆਲੇ ਦਾ ਭਰੋਸਾ ਸਿਰਫ ਮਹਾਰਾਣੀ ਪ੍ਰਨੀਤ ਕੌਰ, ਔਰ ਪਟਿਆਲੇ ਦੇ ਲੋਕ ਇਹ ਚੀਜ਼ ਫਿਰ ਪ੍ਰੂਫ ਕਰਕੇ ਦੇਣਗੇ ਤੁਹਾਨੂੰ। ਪਟਿਆਲਾ ਸ਼ੁਰੂ ਹੋਇਆ ਸੀ ਜਿਸ ਜਗ੍ਹਾ ਤੇ ਇੱਕ ਫਕੀਰ ਨੇ ਕਿਹਾ ਸੀ ਬਾਬਾ ਆਲਾ ਸਿੰਘ ਜੀ ਨੂੰ, ਅੱਜ ਤੋਂ ਇਹ ਤੁਹਾਡੀ ਪੱਟੀ ਹੈ, ਆਲੇ ਦੀ ਪੱਟੀ। ਉੱਥੇ ਹੀ ਅੰਦਰ ਅੱਜ ਤੱਕ ਧੂਣੀ ਜਲਦੀ ਹੈ, ਤੁਹਾਨੂੰ ਸਭ ਨੂੰ ਪਤਾ ਹੈ। ਅੱਜ ਤੱਕ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ, ਅੱਜ ਤੱਕ ਉੱਥੇ ਮੰਦਿਰ ਹੈ, ਜਵਾਲਾਮੁਖੀ ਦੀ ਜੋਤ ਜਲਦੀ ਹੈ। ਇਹ ਹੈ ਸਾਡਾ ਇਤਿਹਾਸ, ਤੁਹਾਡਾ ਔਰ ਮੇਰਾ। ਔਰ ਅੱਜ ਜੋ ਪ੍ਰੇਮ, ਜੋ ਭਰੋਸਾ ਮੈਨੂੰ ਇੱਕ ਬਹੂ ਦੇ ਨਾਤੇ ਨਹੀਂ, ਇੱਕ ਬੇਟੀ ਦੇ ਨਾਤੇ ਤੁਸੀਂ ਸਾਰਿਆਂ ਨੇ ਦਿੱਤਾ ਹੈ, ਮੈਂ ਤੁਹਾਨੂੰ ਭਰੋਸਾ ਦਿਲਾਉਂਦੀ ਹੈ ਕਿ ਇਹ ਭਰੋਸਾ ਤੁਹਾਡਾ ਮੈਂ ਕੰਮ ਕਾਜ ਦੇ ਵਿੱਚ 4 ਤਰੀਕ ਦੇ ਬਾਅਦ ਜਿਹੜੇ 25 ਸਾਲ ਦੀ ਕੀਤੇ ਨੇ ਨਾ, ਉਹ 5 ਸਾਲਾਂ 'ਚ ਜ਼ਿਆਦਾ ਕਰਕੇ ਦਊਂਗੀ। ਮਹਾਰਾਣੀ ਪ੍ਰਨੀਤ ਕੌਰ, ਸੋ ਅੱਜ ਮਹਾਰਾਣੀ ਪ੍ਰਨੀਤ ਕੌਰ ਇੱਕ ਇੱਕ ਜਿਹੜਾ ਇੱਥੇ ਆਇਆ ਹੈ, ਨਾਲ ਚੱਲਿਆ ਹੈ, ਮੇਰੇ ਪਰਿਵਾਰ, ਬੀਜੇਪੀ ਜੋ ਮੇਰਾ ਪਰਿਵਾਰ ਹੈ ਹੁਣ, ਉਹਨਾਂ ਦੇ ਨੇਤਾ ਸਾਡੇ ਅਸਾਮ ਤੋਂ ਚੀਫ ਮਿਨਿਸਟਰ ਬਿਸਵਾਸ ਜੀ, ਜਿਨ੍ਹਾਂ ਦਾ ਮੈਂ ਦਿਲੋਂ ਧੰਨਵਾਦ ਕਰਦੀ ਹਾਂ, ਸਵੇਰ ਦੇ ਆਏ ਹੋਏ ਨੇ।
ਸੁਨੀਲ ਜਾਖੜ ਜੀ ਸਾਡੇ ਪ੍ਰਧਾਨ, ਜਿਨ੍ਹਾਂ ਦੇ ਹੇਠਾਂ ਅਸੀਂ ਸਾਰੇ ਕੰਮ ਕਰ ਰਹੇ ਹਾਂ, ਸਾਡੇ ਜਨਰਲ ਸੈਕਟਰੀ ਸਲੀਨ ਜੀ, ਔਰ ਹੋਰ ਮੈਂ ਇੱਕ ਇੱਕ ਜਿਹੜਾ ਕਾਰਿਆਕਰਤਾ, ਇੱਕ ਇੱਕ ਜਿਹੜਾ ਨਾਲ ਚੱਲ ਰਿਹਾ, ਉਹਨਾਂ ਹੀ ਮੇਰੇ ਲਈ ਸਤਿਕਾਰਯੋਗ ਹੈ ਜਿਨ੍ਹਾਂ ਮੈਂ ਜਿਨ੍ਹਾਂ ਦੇ ਨਾਮ ਲਿੱਤੇ। ਸੋ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ। ਜੈ ਸ਼੍ਰੀ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। देश दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।